ਸਵੇਰ ਦਿੱਤੀਆਂ ਹੁੰਦੀਆਂ ਜਾਂ ਆਪਣਾ ਖੰਡਾ ਜੋ ਗਰੁੱਪ ਹੈ ਵੀਰ ਸਾਰੇ ਵੀ ਦਾ ਵਧਵਾ ਵੀਰ ਖੜੇ ਸਾਰੇ ਖੜੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗਰੁੱਪ ਬਣਾਇਆ ਲੋਕਾਂ ਨੂੰ ਜਗਾਇਆ ਮੈਂ ਕਹੂੰਗਾ ਲੀਡਰਾਂ ਨੂੰ ਵੀ ਜਗਾਉਂਦੇ ਰਹੋ ਲੋਕਾਂ ਨੂੰ ਵੀ ਜਗਾਉਂਦੇ ਰਹੋ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਜਿਵੇਂ ਤੁਸੀਂ ਦਊਂਗੇ ਜਿੱਥੇ ਤੁਹਾਨੂੰ ਜੋ ਬੰਦ ਕਰਨਾ ਭਾਵੇਂ ਪਰਚੇ ਹੋ ਜਾਣ ਤਾਂ ਤੁਹਾਡੇ ਨਾਲ ਆ ਜਿੱਥੇ ਮਰਜ਼ੀ ਨਾ ਜਾਓ ਤੁਹਾਡੇ ਨਾਲ ਖੜਾਂਗੇ ਇੰਨਾ ਕਹਿੰਦਾ ਉੱਥੇ ਮੈਂ ਤੁਹਾਡਾ ਰੱਖਦਾ ਹਾਂ ਬਹੁਤ ਬਹੁਤ ਧੰਨਵਾਦ ਖਾਲਸਾ ਵੈਰੀ ਕੀ ਫਤਿਹ। ਅੱਜ ਅਸੀਂ ਖੰਨਾ ਨਗਰ ਕੌਂਸਲ ਦੇ ਦਫ਼ਤਰ ਦੇ ਮੂਹਰੇ ਆਇਆ ਇਹਦਾ ਘਿਰਾਓ ਕਰਨ ਲਈ। ਅਸੀਂ ਸਿਰਫ ਗਊਆਂ ਦੇ ਸੰਬੰਧ ਵਿੱਚ ਆਇਆ, ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ। ਅਸੀਂ ਜਿਹੜੀਆਂ ਗਊਆਂ ਨੇ, ਆਵਾਰਾ ਗਊਆਂ ਫਿਰਦੀਆਂ ਨੇ, ਇਹਨਾਂ ਨੂੰ ਚੇਤਾਵਨੀ ਦੇਣ ਆਇਆ ਵੀ ਉਹਨਾਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡੋ ਤਾਂ ਜੋ ਇੱਥੇ ਐਕਸੀਡੈਂਟ ਹੋਣ ਤੇ ਖਤਮ ਹੋਣ ਔਰ ਲੋਕਾਂ ਨੂੰ ਉਹਨਾਂ ਦੀ ਸਹੂਲਤ ਮਿਲੇ। ਇੱਥੇ ਬਹੁਤ ਵੱਡੇ ਪੱਧਰ ਤੇ ਸਾਹ ਨਾਲ ਗਊਆਂ ਘੁੰਮ ਰਹੀਆਂ ਨੇ ਔਰ ਫਿਰ ਰਹੀਆਂ ਨੇ, ਉਹਨਾਂ ਨੂੰ ਫੜ ਕੇ ਛੱਡਿਆ ਜਾਵੇ। ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਸਿਰਫ ਅਸੀਂ ਗਊਆਂ ਦੇ ਸੰਬੰਧ ਵਿੱਚ। ਅਸੀਂ ਮਿਊਂਸੀਪਲ ਕਮੇਟੀ ਦੇ ਦਫ਼ਤਰ ਮੂਹਰੇ ਆਏ ਹਾਂ, ਸਾਡੇ ਭਰਾਵਾਂ ਵੱਲੋਂ ਇੱਥੇ ਗਊ ਦੇ ਪ੍ਰਬੰਧਾਂ ਵਾਸਤੇ, ਗਊਆਂ ਦਾ ਪ੍ਰਬੰਧ ਕਰਨ ਵਾਸਤੇ ਇੱਥੇ ਅੱਜ ਧਰਨਾ ਲਗਾਇਆ ਗਿਆ ਸੀ। ਅਸੀਂ ਉਹਨਾਂ ਦਾ ਸਮਰਥਨ ਕਰਨ ਵਾਸਤੇ ਆਏ ਹਾਂ। ਇੱਕ ਪਾਸੇ ਤਾਂ ਗਊਆਂ ਦੀ ਪੂਜਾ ਕਰੀ ਜਾਂਦੀ ਹੈ, ਦੂਸਰੇ ਪਾਸੇ ਸ਼ਹਿਰਾਂ ਦੇ ਵਿੱਚ ਗਊਆਂ ਜਿਹੜੀਆਂ ਆਵਾਰਾ ਆਮ ਫਿਰਦੀਆਂ ਨੇ ਔਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ, ਐਕਸੀਡੈਂਟਾਂ 'ਚ ਮਰ ਜਾਂਦੀਆਂ ਨੇ, ਕੁਛ ਗਊਆਂ ਜਿਹੜੀਆਂ ਐਕਸੀਡੈਂਟ ਕਰਕੇ ਇਹਦੇ ਬੰਦਿਆਂ ਦਾ ਵੀ ਨੁਕਸਾਨ ਹੁੰਦਾ। ਇਸ ਕਰਕੇ ਅਸੀਂ ਤਾਂ ਇਹਨਾਂ ਵਾਸਤੇ ਵੀ ਇਹਨਾਂ ਦਾ ਖਾਸ ਪ੍ਰਬੰਧ ਕੀਤਾ ਜਾਵੇ, ਜਿਹੜਾ ਸਰਕਾਰ ਵੱਲੋਂ ਸੈਸ ਲਿਆ ਜਾਂਦਾ ਉਹਦੇ ਪੈਸੇ ਜਿਹੜੇ ਨੇ ਇਹਨਾਂ ਦੇ ਲਾ ਕੇ ਗਊਸ਼ਾਲਾ ਬਣਾਈਆਂ ਜਾਣ ਤਾਂ ਕਿ ਇਹਨਾਂ ਦਾ ਪ੍ਰਬੰਧ ਹੋ ਸਕੇ। ਅੱਜ ਸਮੁੱਚੇ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਇਕੱਠੀਆਂ ਹੋ ਕੇ ਪਾਰਟੀ ਜੋ ਬਾਜੀ ਤੋਂ ਉੱਪਰ ਉੱਠ ਕੇ ਸਾਰੀ ਲੀਡਰਸ਼ਿਪ ਸਾਰੀਆਂ ਪਾਰਟੀਆਂ ਦੇ ਅਹੁਦੇਦਾਰ ਸਾਹਿਬਾਨ ਸਾਰੇ ਇਕੱਤਰ ਹੋ ਕੇ, ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ ਇਕੱਤਰ ਹੋ ਕੇ ਅੱਜ ਇਸ ਜਗ੍ਹਾ ਇੱਕ ਧਰਨਾ ਦਿੱਤਾ ਗਿਆ, ਮੁਜ਼ਾਹਰਾ ਕੀਤਾ ਗਿਆ ਕਿ ਸਾਡਾ ਜੋ ਗਊ ਧਰਨਾ ਹੈ, ਜੋ ਸਾਡੇ ਪਸ਼ੂ ਸੜਕਾਂ 'ਤੇ ਫਿਰ ਰਹੇ, ਜਿਨ੍ਹਾਂ ਦਾ ਸਾਨੂੰ ਇੱਕ ਤਾਂ ਪਸ਼ੂਆਂ ਦਾ ਵੀ ਨੁਕਸਾਨ ਹੋ ਰਿਹਾ, ਗਊਆਂ ਦਾ ਨੁਕਸਾਨ ਹੋ ਰਿਹਾ, ਉਹਨਾਂ ਦੇ ਵੀ ਸੱਟਾਂ ਪੇਟਾਂ ਵੱਜ ਰਹੀਆਂ ਨੇ, ਨਾਲ ਹੀ ਸਾਡੇ ਘਰਾਂ 'ਚੋਂ ਜੀ ਜਾ ਰਹੇ ਨੇ, ਜਿਹੜੇ ਬੱਚੇ ਐਕਸੀਡੈਂਟ ਹੋ ਕੇ, ਬਜ਼ੁਰਗ ਨੌਜਵਾਨ ਐਕਸੀਡੈਂਟ ਹੋ ਕੇ ਸਾਡੇ ਪਰਿਵਾਰਾਂ 'ਚੋਂ, ਉਹ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ। ਇਸ ਲਈ ਸਮੁੱਚੇ ਜਥੇਬੰਦੀਆਂ ਨੇ, ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਅੱਜ ਉਪਰਾਲਾ ਕੀਤਾ ਪ੍ਰਸ਼ਾਸਨ ਨੂੰ ਜਗਾਉਣ ਦਾ ਕਿ ਜਲਦ ਤੋਂ ਜਲਦ ਇਹ ਗਊ ਧਨ ਦਾ ਹੱਲ ਕੀਤਾ ਜਾਵੇ, ਇਹਨਾਂ ਨੂੰ ਜਿਹੜੀਆਂ ਵੀ ਨੇੜਲੀਆਂ ਗਊਸ਼ਾਲਾਵਾਂ ਨੇ, ਜਿੰਨੀਆਂ ਵੀ ਗਊਸ਼ਾਲਾ ਨੇ, ਉਹਨਾਂ 'ਚ ਭੇਜਿਆ ਜਾਵੇ। ਇਸ ਲਈ ਸਾਰੇ ਇਕੱਠੇ ਹੋਏ ਸੀ। ਹੁਣ ਮੰਗ ਪੱਤਰ ਇੱਕ ਦੇ ਕੇ ਹਟੇ ਹਾਂ ਈਓ ਸਾਹਿਬ ਨੂੰ, ਈਓ ਸਾਹਿਬ ਅਤੇ ਡਿਪਟੀ ਸਾਹਿਬ ਨੇ ਮੰਗ ਪੱਤਰ ਲਿਆ, ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਬਹੁਤ ਜਲਦ ਇਸ ਦਾ ਹੱਲ ਕੀਤਾ ਜਾਊਗਾ। ਇੱਕ ਗੱਡੀ ਜਾਂ ਜੋ ਗਊ ਸੈਸ ਹੈ ਉਹਦਾ ਵੀ ਜਲਦ ਤੋਂ ਜਲਦ ਇੱਕ ਮਤਾ ਪਾਸ ਕੀਤਾ ਜਾਊਗਾ, ਕਿਸ ਕਿਸ ਜਗ੍ਹਾ ਕਿਹੜੀ ਗਊਸ਼ਾਲਾ 'ਚੋਂ ਲਗਾਉਣਾ, ਉਹ ਵੀ ਉਹਨਾਂ ਨੇ ਵਿਸ਼ਵਾਸ ਦਿੱਤਾ। ਸੋ ਜੇ ਨਹੀਂ ਕੋਈ ਇਹ ਪ੍ਰਸ਼ਾਸਨ ਜਾਗਦਾ ਜਾਂ ਪ੍ਰਸ਼ਾਸਨ ਹੱਲ ਜੋ ਸਾਨੂੰ ਵਿਸ਼ਵਾਸ ਦਵਾ ਕੇ ਗਏ ਨੇ ਨਹੀਂ ਹੱਲ ਕਰੂਗਾ, ਤਾਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਵਿੱਢਿਆ ਜਾਊ। ਕੁਝ ਗੱਲ ਇਸ ਤਰ੍ਹਾਂ, ਇਹ ਬਿਲਕੁਲ ਤੁਹਾਨੂੰ ਸਹੀ ਲਾਇਆ ਗਿਆ, ਕਿਉਂਕਿ ਬੜੇ ਹਾਦਸੇ ਹੁੰਦੇ ਆ, ਲੋਕ ਮਰਦੇ ਨੇ, ਐਕਸੀਡੈਂਟ ਹੁੰਦੇ ਨੇ। ਪੰਜਾਬ ਸਰਕਾਰ ਗਊ ਸੈਸ ਲੈਂਦੀ ਹੈ, ਜਿਹਦਾ ਉਹਦਾ ਪ੍ਰਯੋਗ ਹੁੰਦਾ ਨਹੀਂ, ਉਹ ਪਿਆ ਰਹਿੰਦਾ ਔਰ ਲੋਕਾਂ ਦੀ ਜਿਹੜੀ ਗਊਆਂ ਹੈਗੀਆਂ ਉਹ ਸੜਦੇ ਭੁੱਖੀਆਂ ਮਰਦੀਆਂ, ਔਰ ਜਿਹੜਾ ਇਸ ਟਾਈਮ ਰਾਸ਼ਾ ਮੰਡੀ ਕਰਕੇ ਲੋਕ ਇੱਥੇ ਛੱਡ ਜਾਂਦੇ ਆ। ਸਰਕਾਰ ਨੂੰ ਇੱਥੇ ਪੂਰਾ ਕੰਟਰੋਲ ਕਰਕੇ ਗਊ ਅਸੈਸ ਨੂੰ, ਗਊਸ਼ਾਲਾ ਨੂੰ ਦੇ ਕੇ ਔਰ ਮੰਡੀ ਦੇ ਉੱਤੇ ਕੰਟਰੋਲ ਕਰਕੇ ਲੋਕ ਨਾ ਛੱਡਣ ਜਾਂ ਖੰਨੇ ਜੋ ਮੰਡੀ ਚੱਕ ਦਿੱਤੀ ਜਾਵੇ, ਠੀਕ ਹੈ। ਪਰ ਮੈਂ ਲੋਕਾਂ ਦੇ ਨਾਲ ਹੈ, ਕਿਉਂਕਿ ਲੋਕਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਗਊਆਂ ਨੂੰ, ਜਿਹੜੀਆਂ ਲਾਵਾਰਿਸ ਗਊਆਂ ਸਾਡੀ ਗਊ ਮਾਤਾ, ਉਹਨੂੰ ਸਾਂਭਣ ਲਈ ਉਹਨਾਂ ਨੇ ਇੱਕ ਉਪਰਾਲਾ ਕੀਤਾ, ਔਰ ਅਗਰ ਨਾ ਇਹਨਾਂ ਨੇ ਸਾਂਭਿਆ ਤਾਂ ਖੰਨਾ ਵਾਸੀ ਇੱਦਾਂ ਹੀ ਇਹ ਆਪਣਾ ਹੈਗਾ ਐਜੀਟੇਸ਼ਨ ਕਰਦੇ। ਇਹ ਜਿਹੜਾ ਗਊਆਂ ਨੂੰ ਲੈ ਕੇ ਅੱਜ ਪ੍ਰੋਟੈਸਟ ਹੋਇਆ ਵਾ, ਇਹ ਪਰ ਇਹ ਜਿਹੜੀ ਸਮੱਸਿਆ ਇਹ ਸਾਰੇ ਪੰਜਾਬ ਦੀ ਹੀ ਸਮੱਸਿਆ ਵਾ। ਇਹ ਜਿਹੜਾ ਹੈ ਪਤਾ ਨਹੀਂ ਮੰਡੀ ਲੱਗਦੀ ਹੈ ਸ਼ਾਇਦ, ਉਸ ਤੋਂ ਬਾਅਦ ਇਹਨਾਂ ਦੀ ਗਿਣਤੀ ਜਿੰਨੇ ਵੀ ਫੜੀ ਹੈ ਉਹਨਾਂ ਤੋਂ ਬਾਅਦ ਵੱਧ ਹੀ ਜਾਂਦੀ ਹੈ। ਗਊਸ਼ਾਲਾ ਦੇ ਨਾਲ ਅਸੀਂ ਟਾਈ ਅਪ ਕਰ ਰਹੇ ਹਾਂ, ਜਿੰਨਾ ਉਹਨਾਂ ਕੋਲ ਸਪੇਸ ਹੋਊਗਾ ਮੜ ਕੇ ਭੇਜਣ ਦੀ, ਅਸੀਂ ਗੱਡੀ ਦਾ ਇੰਤਜ਼ਾਮ ਕਰ ਲਿਆ।
ਤੇ ਉਹ ਜਿੰਨਾ ਕੋਲ ਜਿੰਨੇ ਜਿੰਨੇ ਉਹ ਸੰਭਾਲਣ ਗਏ ਅਸੀਂ ਡੰਗਰ ਆਪਣੇ ਗਊ ਤੁਹਾਨੂੰ ਫੜ ਕੇ ਭੇਜ ਦਿੱਤਾ ਜਾਵੇਗਾ। ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਮੈਨੂੰ ਸੁਣਨ ਜਿਵੇਂ ਆਇਆ ਵੀ ਕੋਈ ਇੱਥੇ ਮੰਡੀ ਲੱਗਦੀ ਆ, ਜਿੱਦਣ ਮੰਡੀ ਖਤਮ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦੀ ਗਿਣਤੀ ਵੱਧ ਜਾਂਦੀ ਆ। ਇਹ ਆਪਣਾ ਅਪਰ ਐਡਮਿਨਿਸਟ੍ਰੇਸ਼ਨ ਸਾਰੇ ਸੰਬੰਧ ਕਰ ਰਿਹਾ ਕਾਰਵਾਈ।